अमृतसर में धन धन सहायक श्री गुरुवार गोबिंद सिंह जी के प्रकाश पूरब दिवस को समर्पित अमृतसर के गांव गुरुवार की वडाली में सामूहिक आनंद कारज करवाएंगे, जिसमें पद्म श्री पूरन चंद वडाली ने बच्चियों के पिता होने का फर्ज निभाया और बेटियों को फेरों के समय पल्ला पकड़ते हुए रसम अदा की। ब्यूरो रिपोर्ट, इंडिया क्राइम न्यूज। ਮੈਂ ਗੁਰਦੇਵ ਸਿੰਘ ਜੀ ਤੇ ਕੀ ਕਹਿਣਾ ਚਾਹੁੰਦੇ ਹੋ, ਕਿੰਨੇ ਵਿਆਹ ਕੀਤੇ ਗਏ ਆ ਤੇ ਕੀ ਪ੍ਰੋਗਰਾਮ ਸੀ ਤੁਹਾਡਾ ਅੱਜ ਜੀ? ਸਤਿਗੁਰਾਂ ਦੀ ਪਾਰ ਬਖਸ਼ ਕਿਰਪਾ ਸਦਕਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ 13 ਲੜਕੀਆਂ ਦੇ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਲਾਕਾ ਨਿਵਾਸੀ ਸੰਗਤਾਂ ਸਹਿਯੋਗ ਨਾਲ, ਸਭਾ ਸੁਸਾਇਟੀਆਂ ਸਹਿਯੋਗ ਨਾਲ ਇਹ ਜਿਹੜੇ ਕਾਰਜ ਅੱਜ ਸਤਿਗੁਰਾਂ ਨੇ ਨੇਪਰੇ ਚੜਾਏ ਆ, ਸਤਿਗੁਰ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਲੈਂਦੇ ਰਹਿਣ, ਇਸ ਵਿੱਚ ਹੋਰ ਵੀ ਵਾਧਾ ਕਰਨ। ਸੰਗਤਾਂ ਨੂੰ ਬੇਨਤੀ ਹੈ ਕਿ ਆਪ ਕਿਰਪਾ ਕਰਕੇ ਸਤਿਗੁਰ ਦੇ ਪ੍ਰਕਾਸ਼ ਗੁਰਪੁਰਬ ਖੁਸ਼ੀਆਂ ਵਿੱਚ ਹਾਜ਼ਰੀਆਂ ਭਰ ਕੇ, ਪਰਸੋਂ ਸਤਿਗੁਰਾਂ ਪ੍ਰਕਾਸ਼ ਗੁਰਪੁਰਬ ਹੈ 18 ਨੂੰ, ਸਤਿਗੁਰਾਂ ਦੇ ਜਨਮ ਸਥਾਨ ਤੇ ਨਮਸਤਕ ਹੋ ਕੇ ਸਤਿਗੁਰ ਖੁਸ਼ੀਆਂ ਪ੍ਰਾਪਤ ਕਰੋ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਨਸ਼ੇ ਪੱਤਿਆਂ ਤੋਂ ਛੱਡ ਕੇ ਤੇ ਧੀਆਂ ਭੈਣਾਂ ਦੇ ਜਿਹੜੇ ਕਰ ਰਹੇ ਹਾਂ ਆਪਾਂ, ਬੇਟੀਆਂ ਨੂੰ ਮਾਰ ਰਹੇ ਹਾਂ ਭੁੱਖਾਂ ਦੇ ਵਿੱਚ, ਉਹਨਾਂ ਤੋਂ ਛੁਟਕਾਰਾ ਪਾਓ ਤੇ ਇਹਨਾਂ ਬੇਟੀਆਂ ਜਿਹੜੇ ਲੋੜਵੰਦ ਪਰਿਵਾਰਾਂ ਦੇ ਵੱਧ ਤੋਂ ਵੱਧ ਸੇਵਾ ਕਰਕੇ ਉਹਨਾਂ ਦੀ ਇਸੇ ਤਰ੍ਹਾਂ ਸ਼ਾਦੀਆਂ ਕੀਤੀਆਂ ਜਾਣ। ਵਿਆਹ ਦੇ ਵਿੱਚ ਲੋੜ ਹੁੰਦੀ, ਜੋ ਵੀ ਆਪਾਂ ਨੂੰ ਘਰਾਂ ਵਿੱਚ ਸਮਾਨ ਦੀ ਲੋੜ ਹੁੰਦੀ ਆ ਉਹ ਸਮਾਨ ਦੇ ਰਹੇ। ਇਹਦੇ ਵਿੱਚ ਉਮਰ ਨੂੰ ਬਹੁਤ ਧਿਆਨ ਰੱਖਿਆ ਗਿਆ ਜੀ, 18.5 ਸਾਲ ਤੋਂ ਘੱਟ ਉਮਰ ਦੇ ਰੱਖਿਆ ਹੁੰਦਾ, 18 ਸਾਲ ਆਪਾਂ 18.5 ਰੱਖੀ ਆ, ਇਹ ਬਹੁਤ ਜ਼ਰੂਰੀ ਰੱਖਿਆ ਜੀ, ਇਸ ਤੋਂ ਘੱਟ ਕਿਸੇ ਦਾ ਸ਼ਾਦੀ ਕਰਦੇ ਨਹੀਂ। ਸਰਟੀਫਿਕੇਟ ਜਦੋਂ ਕੋਈ ਸਾਡੇ ਕੋਲ ਆਏਗਾ ਉਹਦੇ ਨਾਲ ਦੇਈ ਜਾਂਦੇ, ਅੱਜ ਅਸੀਂ ਨੋਟ ਕਰ ਲਏ ਸਾਰਿਆਂ ਦੇ, ਸੈਂਡ ਕਰਾ ਲਏ ਆ, ਜਦੋਂ ਕੋਈ ਆਊਗਾ ਉਹਦੇ ਨਾਲ ਸਰਟੀਫਿਕੇਟ ਦੇਈ ਜਾਂਦੇ। ਮੈਂ ਗਰੀਬਾਂ ਵਾਸਤੇ, ਕਈ ਤੇ ਬੱਚੇ ਵਿਆਹਣ ਜੋਗੇ ਹੀ ਨਹੀਂ, ਦੇਖਦੇ ਰਹਿੰਦੇ ਜੀ ਕੀ ਬਣਾਵਾਂਗੇ ਕੀ ਕਰਾਂਗੇ, ਤੇ ਧੀਆਂ ਦਾ ਕੰਮ ਜਿਹੜਾ ਹੈ ਬਹੁਤ ਵਧੀਆ, ਕਿ ਜਿਵੇਂ ਸਿਆਣੇ ਕਹਿੰਦੇ ਫਿਰ ਰੂੜੀ ਦਾ ਘੱਟਾ ਰੂੜੀ ਤੇ ਸੁਣਨਾ ਪੈਂਦਾ, ਤੇ ਮਹਾਰਾਜ ਇਹਨਾਂ ਦੇ ਭਾਰ ਸਿਰੋਂ ਉਤਰ ਗਿਆ ਉਹਨਾਂ ਦੇ ਵਾਸਤੇ, ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਨੇ ਲੋਕਾਂ ਨੂੰ, ਤੇ ਬੜੀਆਂ ਉਹਨਾਂ ਨੂੰ ਖੁਸ਼ੀਆਂ ਹੋਈਆਂ ਵੀ ਚਲੋ ਅੱਜ ਭਾਰ ਸਾਡਾ ਲੱਥਾ, ਤੁਸੀਂ ਵੀ ਬਹੁਤ ਅੱਛਾ ਕਰਦੇ, ਜਿਹੜਾ ਦੂਰ ਦੂਰ ਤੱਕ ਇਹਨਾਂ ਨੂੰ ਪਤਾ ਲੱਗੇਗਾ ਕਈਆਂ ਨੂੰ ਵੀ ਉਹਨਾਂ ਲੋਕਾਂ ਨੇ ਬੜਾ ਅੱਛਾ ਕੰਮ ਜਿਹੜਾ ਕੀਤਾ ਸੀ। ਜਬ ਤੱਕ ਬਿਕਾ ਨਾ ਥਾ ਕੋਈ ਪੁੱਛਦਾ ਨਾ ਥਾ, ਜਬ ਤੱਕ ਬਿਕਾ ਨਾ ਥਾ
कोई पूछता न था, पर तूने मुझे खरीद कर अनमोल कर दिया। तो ये दूर दूर तक पहुंचाओगे तो क्यों ना लोग खुश होते, यार बड़ा अच्छा कम होया गुरु की बड़ाई। बहुत मैं कहना भी इसे तरह करो, जिन्ना भी हो सकता है ना, ते गरीब की मदद करो, ते बच्चियों का जरा भार रौला हो जाए। ते वो तो अनु ही नहीं कहते ने भी कौन कहता है कि पत्थर नहीं सुनता फरियाद किसी की, पर मेहनत नहीं जाती बर्बाद किसी की। ओनू मिलता ही मिलता कि चलो जिन्होंने धीरे का भार रौला की तरह कर। इंडिया क्राइम न्यूज, जुल्म के खिलाफ जंग, आप देख रहे हैं इंडिया क्राइम न्यूज, देश का अपना हिंदी न्यूज चैनल।